ਤੁਮਾ ਸਾਹਿਬ ਤਾਂ ਬਿਹੰਗ ਨੇ ਉਹਨਾਂ ਨੇ ਤਾਂ ਵਿਆਹ ਨਹੀਂ ਕਰਾਇਆ ਤੇ ਮੋਤੀ ਸਾਹਿਬ ਆਪਣੇ ਘਰਵਾਲਿਆਂ ਨੂੰ ਰੱਖਦੇ ਹੀ ਦੀ ਨਾਲ ਤੇ ਪਹਿਲਾਂ ਤਾਂ ਪ੍ਰਾਈਮ ਮਿਨਿਸਟਰ ਤੋਂ ਸ਼ੁਰੂ ਹੋਣਾ ਚਾਹੀਦਾ ਕਿ ਔਲਾਦ ਵਧੇ ਪਰ ਜਦੋਂ ਪ੍ਰਾਈਮ ਮਿਨਿਸਟਰ ਨੇ ਕਦੇ ਆਪਣੇ ਘਰਵਾਲਿਆਂ ਨੂੰ ਰੱਖਿਆ ਹੀ ਨਹੀਂ ਜਦ ਦਾ ਵਿਆਹ ਹੋਇਆ ਤਾਂ ਮਾਂਜੀ ਬਿਹੰਗ ਹੈ ਕਿ ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ ਉਹਨਾਂ ਨੂੰ ਕਿਵੇਂ ਪਤਾ ਹੈ ਕਿ 10 ਬੱਚੇ ਹੋਣੇ ਚਾਹੀਦੇ ਇੱਕ 5 ਬੱਚੇ ਹੋਣੇ ਚਾਹੀਦੇ ਹੈ ਇਹ ਕਹਿੰਦੀ ਹੈ ਕਿ ਜਿਹੜੀ ਚੀਜ਼ ਤੁਸੀਂ ਕਹੋ ਉਹ ਪਹਿਲਾਂ ਆਪ ਕਰਨੀ ਚਾਹੀਦੀ ਹੈ ਤੇ ਉਹਨਾਂ ਨੇ ਜਦੋਂ ਵਿਆਹ ਕਰਾਇਆ ਤੇ ਉਹ ਤਾਂ ਸੁੱਕਾ ਜਿਹਾ ਵਿਆਹ ਹੋਣ ਲੱਗਿਆ ਸੀਗਾ ਫਿਰ ਮੈਂ ਬਠਿੰਡੇ ਤੋਂ ਬਹੁਤ ਵਧੀਆ ਆਪ پیسے ਦੇ ਕੇ ਬੈਂਡ ਮੰਗਾਇਆ ਫਿਰ ਉਹਨਾਂ ਦਾ ਵਿਆਹ ਕਰਾਇਆ ਤੇ ਹੁਣ ਉਹਨਾਂ ਦੀ ਔਲਾਦ ਵੀ ਹੈਗੀ ਹੈ ਬਹੁਤ ਸੋਹਣੀ ਗੱਲ ਹੈ ਤੇ ਤੁਮ ਸਾਹਿਬ ਵੀ ਤਾਂ ਇਸ ਤਰ੍ਹਾਂ ਕਰਨਾ ਮੈਂ ਬੈਂਡ ਲੈ ਕੇ ਜਾਊਂਗਾ ਸੰਗਰੂਰ ਲੋਕ ਸਭਾ ਚੋਣ ਅਖਾੜਾ ਭਖਿਆ ਹੋਇਆ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਨੇ ਮਾਨ ਸਾਹਿਬ ਲਗਾਤਾਰ ਲੋਕਾਂ ਦੇ ਵਿੱਚ ਜਾ ਰਹੇ ਹੋ ਚੋਣ ਪ੍ਰਚਾਰ ਹੋ ਰਹੇ ਨੇ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਹੈ ਜੀ ਬਾਈਕ ਜੀ ਕਾਲਸਾ ਬਾਈਕ ਜੀ ਕੀ ਫਤਿਹ ਜੀ ਚਨਾਓ ਪ੍ਰਚਾਰ ਦੇ ਵਿੱਚ ਬਹੁਤ ਸੋਹਣਾ ਹੰਗਾਰਾ ਮਿਲ ਰਿਹਾ ਕਿਉਂ ਕਰਤੀ ਅਸੀਂ ਕੰਮ ਕਰਨ ਵਾਲੀ ਪਾਰਟੀ ਹੈਗੀ ਐ ਤੇ ਅਸੀਂ ਪਿੰਡ ਤੋਂ ਲੈ ਕੇ ਸ਼ਹਿਰਾਂ ਤੱਕ ਸ਼ਹਿਰ ਤੋਂ ਲੈ ਕੇ ਜ਼ਿਲ੍ਹੇ ਤੱਕ ਜ਼ਿਲ੍ਹੇ ਤੋਂ ਲੈ ਕੇ ਚੰਡੀਗੜ੍ਹ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੇ ਦਿੱਲੀ ਤੋਂ ਲੈ ਕੇ ਸਾਰੇ ਬਾਹਰ ਦੇ ਮੁਲਕਾਂ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੇ ਸਿੱਖ ਵਸੇ ਐ ਜਾਂ ਪੰਜਾਬੀ Hindu ਵਸੇ ਐ ਅਸੀਂ ਕੰਮ ਕੀਤਾ ਹੈਗਾ ਸੋ ਮੇਰਾ ਮਤਲਬ ਸਾਡੇ ਅੱਗੇ ਕੋਈ ਅੰਚਰ ਕੋਈ ਚੀਜ਼ ਆ ਨਹੀਂ ਰਹੀ ਜਿਹੜਿਆ ਮੈਂ ਕਹਾ ਕਿ ਸਾਡਾ ਪ੍ਰਚਾਰ ਚੱਲਦਾ ਨਹੀਂ ਹੋ ਰਿਹਾ 2022 ਦੇ ਵਿੱਚ ਨੌਜਵਾਨਾਂ ਦਾ ਵੱਡਾ ਹੰਗਾਰਾ ਮਿਲਿਆ ਸੀ ਤੁਸੀਂ ਸਿੱਖ ਮੁੱਦਿਆਂ ਦੇ ਉੱਪਰ ਗੱਲ ਕਰਦੇ ਹੋ ਹੁਣ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਕਿਸ ਤਰੀਕੇ ਦਾ ਰਿਸਪਾਂਸ ਮਿਲ ਰਿਹਾ ਨੌਜਵਾਨ ਤੁਹਾਡੇ ਨਾਲ ਕਿਸ ਤਰੀਕੇ ਨਾਲ ਚੱਲ ਰਹੇ ਤੁਸੀਂ ਜਰਨਲਿਸਟ ਹੈ ਤੁਸੀਂ ਜਾ ਕੇ ਦੇਖੋ ਆਪ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਮੈਂ ਤਾਂ ਆਪਣੀ ਤਾਰੀਫ਼ ਹੀ ਕਰੂੰਗਾ ਪਰ ਜਿਹੜੇ ਜਰਨਲਿਸਟ ਹੁੰਦੇ ਆ ਉਹ ਕਿਸੇ ਪਾਰਟੀ ਦੇ ਨਾਲ ਲਾਗ ਨਹੀਂ ਰੱਖਦੇ ਤੇ ਤੁਸੀਂ ਇਹ ਆਪ ਪਤਾ ਕਰੋ ਕਿ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਮੈਂ ਤਾਂ ਇਹੀ ਕੁਮਗਾਕ ਕਿ ਮੈਨੂੰ ਬਹੁਤ ਜ਼ਿਆਦਾ ਮਿਲ ਰਿਹਾ ਮਾਨ ਸਾਹਿਬ ਸੰਗਰੂਰ ਤੋਂ ਬੀਜੇਪੀ ਪਾਰਟੀ ਨੇ ਅਰਵਿੰਦ ਖੰਨਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਕਿਸ ਤਰੀਕੇ ਦਾ ਦੇਖਦੇ ਹਾਂ ਕਿਉਂਕਿ ਅ ਅਰਵਿੰਦ ਖੰਨਾ ਵੀ ਕਿਤਨਾ ਕਿਤੇ ਕਹਿ ਰਹੇ ਨੇ ਕਿ ਹਾਂ ਮੈਂ ਪੂਰਾ ਮੁਕਾਬਲੇ ਦੇ ਵਿੱਚਾਂ ਉਹ ਉਹਨ ਕਿਸ ਤਰੀਕੇ ਨਾਲ ਦੇਖ ਦਊਗਾ ਸਾਰੇ ਕਹਿੰਦੇ ਆ ਜੀ ਜਦੋਂ ਮੁਕਾਬਲੇ ਛਾ ਜਾਣ ਤਾਂ ਫਿਰ ਸਾਰਿਆਂ ਨੂੰ ਕਹਿਣਾ ਪੈਂਦਾ ਮੈਂ ਮੁਕਾਬਲੇ ਦੇ ਵਿੱਚ ਹੈਗਾ ਪਰ ਜਿਹੜਾ ਇਹ ਇੰਡੀਆ ਦਾ ਇਹ ਅਸਲੀਤੀ ਗੱਲ ਹੈ ਇਹ ਜਿਹੜਾ ਇਹ ਮਿਲਟਰੀ ਦਾ ਸਮਾਨ ਹੈ ਉਹਦੇ ਵਿੱਚ ਹੇਰਾਫੇਰੀ ਨਹੀਂ ਹੋਣੀ ਚਾਹੀਦੀ ਤੇ ਸਹੀ ਸਮਾਨ ਬਾਹਰੋਂ ਮੰਗਾ ਕੇ ਇੰਡੀਆ ਦੀ ਫੌਜ ਨੂੰ ਦੇਣਾ ਚਾਹੀਦਾ ਹੈ ਤੇ ਮੈਂ ਸਮਝਦਾ ਕਿ ਸਾਰੇ ਜਿਹੜੇ ਵੀ ਅਸਲਾ ਗਵਰਨਮੈਂਟ ਆਫ ਇੰਡੀਆ ਦੇ ਲਈ ਬਾਹਰੋਂ ਮੰਗਾਉਂਦੇ ਆ ਉਹ ਕਮਿਸ਼ਨ ਜਿਆਦਾ ਲੈਂਦੇ ਆ ਤੇ ਕਵਾਲਿਟੀ ਸਮਾਨ ਦੀ ਇਕੱਠੀਆਂ ਹੁੰਦੀ ਆ ਉਹਦੇ ਵਿੱਚ ਤਾਂ ਮਾਨ ਸਾਹਿਬ ਹੁਣ ਅਗਰ ਆਪਾਂ ਗੱਲ ਕਰੀਏ ਤਾਂ ਇੱਕ ਵੱਡਾ ਜਿਹੜਾ ਸਵਾਲ ਉੱਠ ਰਿਹਾ ਹਰਪਾਲ ਸਿੰਘ ਧੂਮਾ ਜੀ ਦੇ ਉੱਪਰ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਵੀ ਸਿੱਖ ਜਿਹੜੇ ਹੈਗੇ ਨੇ ਉਹਨਾਂ ਦੀ ਗਿਣਤੀ ਵਧਾਉਣ ਦੇ ਲਈ ਹਰ ਇੱਕ ਸਿੱਖ ਨੂੰ ਪੰਜ ਬੱਚੇ ਪੈਦਾ ਕਰਨੇ ਚਾਹੀਦੇ ਨੇ ਤਾਂ ਉਸ ਵਿਚਾਰ ਦੇ ਨਾਲ ਕਿਵੇਂ ਦੇਖਦੇ ਤੁਸੀਂ ਡੇਟਾ ਭਾਈ ਹਰਨਾਮ ਸਿੰਘ ਧੂਮਾ ਹਾਂਜੀ ਭਾਈ ਤੁਮਾ ਸਾਹਿਬ ਤੇ ਮੋਦੀ ਸਾਹਿਬ ਤੁਮਾ ਸਾਹਿਬ ਤਾਂ ਬਿਹੰਗ ਨੇ ਉਹਨਾਂ ਨੇ ਤਾਂ ਵਿਆਹ ਨਹੀਂ ਕਰਾਇਆ ਤੇ ਮੋਦੀ ਸਾਹਿਬ ਆਪਣੇ ਘਰ ਵਾਲਿਆਂ ਨੂੰ ਰੱਖਦੇ ਹੀ ਦੀ ਨਾਲ ਤੇ ਪਹਿਲਾਂ ਤਾਂ ਪ੍ਰਾਈਮ ਮਿਨਿਸਟਰ ਤੋਂ ਸ਼ੁਰੂ ਹੋਣਾ ਚਾਹੀਦਾ ਕਿ ਔਲਾਦ ਵਧੇ ਪਰ ਜਦੋਂ ਪ੍ਰਾਈਮ ਮਿਨਿਸਟਰ ਨੇ ਕਦੇ ਆਪਣੇ ਘਰ ਵਾਲਿਆਂ ਨੂੰ ਰੱਖਿਆ ਹੀ ਨਹੀਂ ਜਦ ਦਾ ਵਿਆਹ ਹੋਇਆ ਤੇ ਤੁਮਾ ਜੀ ਬਿਹੰਗ ਹੈ ਕਿ ਉਹਨਾਂ ਨੇ ਵਿਆਹ ਹੀ ਨਹੀਂ ਕਰਾਇਆ ਉਹਨਾਂ ਨੂੰ ਕਿਵੇਂ ਪਤਾ ਹੈ ਕਿ 10 ਬੱਚੇ ਹੋਣੇ ਚਾਹੀਦੇ 1 ਪੰਜ ਬੱਚੇ ਹੋਣੇ ਚਾਹੀਦੇ ਹੈ ਇਹ ਕਹਿੰਦੇ ਆ ਕਿ ਜਿਹੜੀ ਚੀਜ਼ ਤੁਸੀਂ ਕਹੋ ਉਹ ਪਹਿਲਾਂ ਆਪ ਕਰਨੀ ਚਾਹੀਦੀ ਹੈ ਤੇ ਹੁਣ ਵੀ ਟਾਈਮ ਹੈ ਧੰਮਾ ਸਾਹਿਬ ਦੇ ਗ੍ਰਿਸਤ ਦੇ ਵਿੱਚ ਆ ਜਾਣ ਤਾਂ ਬਹੁਤ ਵਧੀਆ ਗੱਲ ਹੋਊਗਾ ਉਹ ਤਾਂ ਕਹਿੰਦੇ ਜੇ ਕੋਈ ਪਾਲ ਨਹੀਂ ਸਕਦਾ ਪਾਲਾਂਗੇ ਵੀ ਅਸੀਂ ਵੀ ਸਿੱਖਾਂ ਦੀ ਗਿਣਤੀ ਬਤਾਉਣੇ ਚਾਹੀਦੀ ਹੈ ਸਿੱਖ ਆਓ ਤੇ ਫਿਰ ਆਪ ਵੀ ਤਾਂ ਬਤਾਉਣਾ ਜੀ ਹੁਣ ਸ਼ਾਦੀ ਸ਼ੁਦਾ ਹੋਣ ਅਸੀਂ ਬਰਾਤ ਦੇ ਵਿੱਚ ਜਾਈਏ ਜਿਵੇਂ ਕਿਹੜੇ ਸੰਤ ਦੀ ਬਰਾਤ ਦੇ ਵਿੱਚ ਮੈਂ ਗਿਆ ਸੀਗਾ ਫਿਰ ਮੈਂ ਬਠਿੰਡੇ ਬੈਂਡ ਆਰਡਰ ਕੀਤਾ ਫਿਰ ਬੈਂਡ ਵਜਿਆ ਦਾਦੂਵਾਲ ਸਾਹਿਬ ਦੇ ਤੇ ਉਹਨਾਂ ਨੇ ਜਦੋਂ ਵਿਆਹ ਕਰਾਇਆ ਤੇ ਉਹ ਤਾਂ ਸੁੱਖਾ ਜਿਹਾ ਵਿਆਹ ਹੋਣ ਲੱਗਿਆ ਸੀਗਾ ਫਿਰ ਮੈਂ ਬਠਿੰਡੇ ਤੋਂ ਬਹੁਤ ਵਧੀਆ ਆਪ ਪੈਸੇ ਦੇ ਕੇ ਬੈਂਡ ਮੰਗਾਇਆ ਫਿਰ ਉਹਨਾਂ ਦਾ ਵਿਆਹ ਕਰਾਇਆ ਤੇ ਹੁਣ ਉਹਨਾਂ ਦੀ ਔਲਾਦ ਵੀ ਹੈਗੀ ਹੈ ਬਹੁਤ ਸੋਹਣੀ ਗੱਲ ਹੈ ਤੇ ਤੁਮਾ ਸਾਹਿਬ ਵੀ ਤਾਂ ਇਸ ਤਰ੍ਹਾਂ ਕਰਨਾ ਮੈਂ ਬੈਂਡ ਲੈ ਕੇ ਜਾਊਂਗਾ ਸੰਗਰੂਰ ਦੇ ਲੋਕਾਂ ਦੇ ਲਈ ਕਿਹੜੇ ਦੋ ਵੱਡੇ ਮੁੱਦੇ ਨੇ ਜਿਹੜੇ ਤੁਸੀਂ ਚਾਹੁੰਦੇ ਹੋ ਕਿ ਹਾਂ ਇਹਨਾਂ ਦਾ ਹੱਲ ਹੋਣਾ ਹੀ ਚਾਹੀਦਾ ਸਮਰੂਰ ਤੇ ਮਤੇ ਹੈ ਕਿ ਇੱਕ ਸਾਡੇ ਬਲੇਰਕੋਟਲੇ ਦੇ ਵਿੱਚ ਨਹਿਰੀ ਪਾਣੀ ਨਹੀਂ ਲੱਗਦਾ ਹੈਗਾ ਤੇ ਜਿਹੜੀ ਇਹ ਨਵਾਬ ਸਾਹਿਬ ਦੀ ਜਾਇ ਜਾਇਦਾਦ ਹੈ ਉਹ ਬਹੁਤ ਪੁਰਾਣੀ ਹੈ ਤੇ ਇਤਿਹਾਸਕ ਹੈ ਉਹਦੀ ਸਾਂਭ ਹੋਣੀ ਚਾਹੀਦੀ ਹੈ ਆਰਕੀਓਲੋਜੀਕਲ ਸਰਵੇ ਤੋਂ ਜਾਂ ਪੰਜਾਬ ਦੀ ਸਰਕਾਰ ਤੋਂ ਤੇ ਉੱਥੇ ਅਸੀਂ ਸ਼ੇਰ ਮੁਹੰਮਦ ਖਾਨ ਸਾਹਿਬ ਜਿਨ੍ਹਾਂ ਨੇ ਨਾਰਾ ਹਾਂ ਦਾ ਮਾਰਿਆ ਸੀ ਸਾਹਿਬਜ਼ਾਦੇ ਨੂੰ ਜਦੋਂ ਚੁਣਿਆ ਹੈ ਕਿ ਬਜੀਤ ਖਾਨ ਸੂਬੇ ਲਾਹੌਰ ਨੇ ਉਹਨਾਂ ਦੇ ਲਈ ਅਸੀਂ ਥੋੜੀ ਜਿਹੀ ਇਮਾਰਤ ਬਣਾਈ ਹੈ ਤੇ ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਉਹਨੂੰ ਵੱਡੇ ਬਣਾਉਣ ਦੇ ਲਈ ਸਾਡੀ ਸਾਰੇ ਲੋਕ ਬਾਹਰੋਂ ਅੰਦਰੋਂ امداد ਕਰਨ ਕਿ ਅਸੀਂ ਨਵਾਬ ਸ਼ੇਰ ਮੁਹੰਮਦ ਖਾਨ ਦੀ ਜਿਹੜੀ ਇਮਾਰਤ ਹੈ ਉਹਨੂੰ ਵਧੀਆ ਹੋਰ ਬਣਾ ਸਕੀਏ ਫਰੀਦਪੁਰ ਲਾਲ ਚ ਸਾਰੀਆਂ ਪਾਰਟੀਆਂ ਬਹੁਤ ਜ਼ਿਆਦਾ ਦੇ ਰਹੀਆਂ ਨੇ ਕੋਈ ਕਹਿੰਦਾ ਕਿ ਅਸੀਂ ਆਟਾ ਲਾਲ ਦੇਣਾ ਕੋਈ ਕਹਿੰਦਾ ਕਿਰਾਏ ਫਰੀ 1000 ਰੁਪਏ ਫਰੀ ਬਿਜਲੀ ਫਰੀ ਤੁਹਾਨੂੰ ਲੱਗਦਾ ਕਿ ਇਹ ਰਾਜਨੀਤੀ ਦਾ ਸਹੀ ਤਰੀਕਾ ਹੈਗਾ ਲੋਕਾਂ ਦਾ ਸਾਰਾ ਝੂਠ ਹੈ ਜੀ ਇੰਦਰਾ ਗਾਂਧੀ ਨੇ ਕਿਹਾ ਸੀ ਰੋਟੀ ਕਪੜਾ ਮਕਾਨ ਦਵਾਂਗੇ ਕਿਸੇ ਕੋਲੇ ਰੋਟੀ ਕਪੜਾ ਮਕਾਨ ਨਹੀਂ ਮੋਦੀ ਸਾਹਿਬ ਹਾਰਦੇ ਆ ਕਿਉਂਕਿ ਕਰਕੇ ਉਹਨਾਂ ਨੇ ਕਿਹਾ ਸੀ ਘਰ ਘਰ ਨੌਕਰੀ ਦਵਾਂਗੇ ਕਿਸੇ ਨੂੰ ਨੌਕਰੀ ਨਹੀਂ ਮਿਲੀ ਤੇ ਐਤ ਕੀ ਦੇਖੋ ਕਿਵੇਂ ਪੱਠਾ ਬੈਠਦਾ ਮੋਦੀ ਸਾਹਿਬ ਦਾ 4 ਤਰੀਕ ਨੂੰ ਜਦੋਂ ਰਿਜ਼ਲਟ ਨਿਕਲਣਗੇ ਮਹਾਰਾਜਾ 2018 ਦੇ ਵਿੱਚ ਟਰੂਡੋ ਜਦੋਂ ਭਾਰਤ ਆਏ ਸੀ ਤਾਂ ਕਹਿੰਦੇ ਉਹਨੂੰ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਘਰ ਕਿਹਾ ਗਿਆ ਸੀ ਵੀ ਉੱਥੇ ਜਾਓ ਤਾਂ ਤੁਸੀਂ ਪੰਜਾਬ ਚ ਜਾ ਸਕਦੇ ਆ ਤੇ ਉੱਥੇ ਉਹਨਾਂ ਦੇ ਕੋਲ ਇੱਕ ਵੱਡੀ ਸ਼ਰਤ ਰੱਖੀ ਸੀ ਕਿ ਕੈਨੇਡਾ ਦੇ ਵਿੱਚ ਜੋ ਖਾਲਿਸਤਾਨੀ ਹੈਗੇ ਨੇ ਉਹ ਕਿਤੇ ਨਾ ਕਿਤੇ ਖਾਲਿਸਤਾਨ ਦਾ ਜ਼ਿਆਦਾ ਪ੍ਰਚਾਰ ਕਰਦੇ ਨੇ ਕਿ ਤੁਸੀਂ ਉਹਨਾਂ ਦੇ ਉੱਪਰ ਨੱਥ ਪਾਓ ਤਾਂ ਇਹ ਗੱਲ ਨੂੰ ਕਿਵੇਂ ਦੇਖਦੇ ਹੋ ਤੁਸੀਂ ਭਾਈ ਸਾਹਿਬ ਜਦੋਂ ਮਹਾਰਾਜਾ ਪਟਿਆਲਾ ਕੈਨੇਡਾ ਤੇ ਅਮਰੀਕਾ ਗਏ ਸੀਗੇ ਪਤਾ ਨਹੀਂ ਇਹਨਾਂ ਨੇ ਟਰੂਡੋ ਸਾਹਿਬ ਨਾਲ ਗੱਲ ਕੀਤੀ ਹੋਏ ਨਾ ਕੀਤੀ ਹੋਏ ਪਰ ਸਿੱਖਾਂ ਨੇ ਇਹਨਾਂ ਨੂੰ ਟਿਕਣ ਨਹੀਂ ਸੀ ਦਿੱਤਾ ਇਹਨਾਂ ਨੂੰ ਹੋਟਲ ਤੋਂ ਬਾਹਰ ਨਹੀਂ ਸੀ ਨਿਕਲਣ ਦਿੱਤਾ ਨਾ ਕੈਨੇਡਾ ਦੇ ਵਿੱਚ ਤੇ ਨਾ ਅਮਰੀਕਾ ਦੇ ਵਿੱਚ ਸੋ ਮੈਨੂੰ ਨਹੀਂ ਪਤਾ ਕਿ ਇਹੋ ਜੀ ਗੱਲ ਮਹਾਰਾਜਾ ਸਾਹਿਬ ਨੇ ਟ੍ਰੂਡੋ ਸਾਹਿਬ ਨਾਲ ਕੀਤੀ ਹੋਊਗੀ ਕਿ ਉਹ ਆਪ ਹੀ ਸੁਰੱਖਿਅਤ ਨਹੀਂ ਰਹੇ ਜਦੋਂ ਕੈਨੇਡਾ ਦੀ ਧਰਤੀ ਤੇ ਗਏ ਐ ਤੇ ਉਹ ਆਪਣੇ ਹੋਟਲਾਂ ਚੋਂ ਬਾਹਰ ਹੀ ਨਹੀਂ ਨਿਕਲ ਸਕੇ ਫਿਰ ਟ੍ਰੂਡੋ ਸਾਹਿਬ ਦੇ ਉੱਤੇ ਕੀ ਅਸਰ ਪਿਆ ਹੋਊਗਾ ਹਣ ਮਹਾਰਾਜ ਸਾਹਿਬ ਨੂੰ ਐ ਥੋੜੀ ਸੈਂਟਰ ਦੀਆਂ ਗੱਲਾਂ ਸੁਣ ਕੇ ਤੇ ਇਹ ਸਿੱਖਾਂ ਦੇ ਉੱਤੇ ਪਾਬੰਦੀਆਂ ਲਾਉਣੀਆਂ ਚਾਹੀਦੀਆਂ ਉਹ ਸਿੱਖ ਨੇ ਤੇ ਹੁਣ ਭਾਜਪੀ ਦੇ ਵਿੱਚ ਚਲੇ ਗਏ ਐ ਤਾਂ ਮੇਰਾ ਮਤਲਬ ਹੈ ਜੇ ਮਹਾਰਾਜਾ ਪਟਿਆਲਾ ਹੈਗਾ ਤੇ ਫੇਰ ਉਹਨੂੰ ਆਪਣੀ ਅਣਖਤਾ ਦਿਖਾਉਣੀ ਚਾਹੀਦੀ ਹੈ ਐਹੋ ਜੇ ਲੋਕਾਂ ਦੇ ਅੱਖੇ ਨਹੀਂ ਲੱਗ ਕੇ ਇਹ ਸਿੱਖਾਂ ਦੇ ਖਿਲਾਫ ਕੋਈ ਗੱਲ ਕਰੀਦੀ ਹੁੰਦੀ ਹੈ ਪਰ ਤੁਸੀਂ ਸਿੱਖਾਂ ਦੇ ਖਿਲਾਫ ਲਗਾਤਾਰ ਮੁੱਦੇ ਚੱਕ ਰਹੇ ਹੋ ਕਿ ਹਾਂ ਸਿੱਖਾਂ ਦਾ ਕਤਲ ਹੋ ਰਿਹਾ ਜਿਵੇਂ ਪੰਜਾਬ ਦੇ ਵਿੱਚ ਵੀ ਤੁਸੀਂ ਸਿੱਧੂ ਮੂਸੇਵਾਲਾ ਦਾ ਤਾਂ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਇਹ ਇਹ ਜਿਹੜੀ ਰਾਜਨੀਤੀਆਂ ਹੋ ਰਹੀਆਂ ਨੇ ਜਾਂ ਜਿਸ ਤਰੀਕੇ ਨਾਲ ਜੋ ਮੈਂ ਤੁਹਾਨੂੰ ਸਵਾਲ ਪੁੱਛੇ ਵੀ ਇਹ ਕਿੰਨਾ ਕਿ ਜ਼ਿਆਦਾ ਗਲਤ ਆ ਨਹੀਂ ਇਹ ਬਿਲਕੁਲ ਗਲਤ ਨਹੀਂ ਕਿਉਂ ਕਰਕੇ ਇਹਦਾ ਪ੍ਰੂਫ ਹੁਣ ਕੱਢ ਦਿੱਤਾ ਹੈ ਅਮਰੀਕਾ ਨੇ ਉਹਨਾਂ ਨੇ ਸਾਰੀ ਉਹਨਾਂ ਦੀ ਇੰਟੈਲੀਜੈਂਸ ਏਜੰਸੀਜ਼ ਨੇ ਫਾਲੋ ਕੀਤਾ ਜਿਹੜੇ ਰੋ ਦਾ ਤੇਉ ਗੋਪਤਾ ਗੱਲਾਂ ਕਰ ਰਿਹਾ ਸੀਗਾ ਜਦੋਂ ਹਾਇਰ ਕਰਨਾ ਸੀਗਾ ਪੰਨੋ ਨੂੰ ਮਾਰਨ ਦੇ ਲਈ ਨਿਊਯਾਰਕ ਦੇ ਵਿੱਚ ਸਾਰੀਆਂ ਚੀਜ਼ਾਂ ਰਿਕਾਰਡ ਦੇ ਉੱਤੇ ਹੋਈਆਂ ਜਿਹੜਾ ਨਿੱਜਰ ਸਾਹਿਬ ਨੂੰ ਕਤਲ ਕੀਤਾ ਫੇਰ ਮਲਕ ਸਾਹਿਬ ਨੂੰ ਕੈਨੇਡਾ ਦੇ ਵਿੱਚ ਕੀਤਾ ਸੁਖਦੂਲ ਸਿੰਘ ਨੂੰ ਕੀਤਾ ਕੈਨੇਡਾ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਬ੍ਰਿਟਾਨੀਆ ਦੇ ਵਿੱਚ ਕੀਤਾ ਪਰਮਜੀਤ ਸਿੰਘ ਪੰਜਵੜ ਨੂੰ ਪਾਕਿਸਤਾਨ 'ਚ ਕੀਤਾ ਰੋਡੇ ਨੂੰ ਪਾਕਿਸਤਾਨ 'ਚ ਕੀਤਾ ਤੇ ਫੇਰ ਇੱਥੇ हरियाणा ਦੇ ਵਿੱਚ ਸਾਡੇ ਦੀਪ ਸਿੰਘ ਸਿੱਧੂ ਨੂੰ ਕਤਲ ਕੀਤਾ ਤੇ ਸਾਡੇ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਕਰਾਇਆ ਇਹ ਜਿਹੜੀ ਪਾਲਿਸੀ ਹੈ ਮੂਸੇ ਮੋਦੀ ਸਾਹਿਬ ਦੀ ਤੇ ਇਹਨਾਂ ਦੇ ਹੋਮ ਮਿਨਿਸਟਰ ਸ਼ਾਹ ਜੀ ਦੀ ਐਕਸਟਰਨਲ ਅਫੇਅਰਸ ਮਿਨਿਸਟਰ ਜਿਹੜੇ ਹੈਗੇ ਆ ਇਹ ਜਿਹੜੇ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਡੋਇਲ ਹੈ ਫਿਰ ਰੌ ਦਾ ਚੀਫ ਹੈ ਇਹ ਸਾਰੇ ਮਲਜ਼ਮ ਹੈਗੇ ਆ ਜਿਨ੍ਹਾਂ ਨੇ ਇਹ ਪਾਲਿਸੀ ਸ਼ੁਰੂ ਕੀਤੀ ਹੈ ਕਿ ਸਿੱਖਾਂ ਨੂੰ ਇੱਥੇ ਇੰਡੀਆ ਦੇ ਵਿੱਚ ਵੀ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਕਤਲ ਕਰਾਓ ਜਿਹੜੇ ਕੀ ਉਹ ਖਾਲਸਤਾਨ ਜਾਂ ਆਜ਼ਾਦੀ ਦੀ ਗੱਲ ਕਰਦੇ ਐ ਇਹਦਾ ਕੇਸ ਬਹੁਤ ਤਕੜਾ ਬਣ ਚੁੱਕਿਆ ਤੇ ਬਣੂਗਾ ਕਿ ਉਹ ਕਰਕੇ ਕਾਨੂੰਨ ਦੇ ਖਿਲਾਫ ਹੈ ਇੰਡੀਅਨ ਕਾਨੂੰਨ ਦੇ ਖਿਲਾਫ ਹੈ ਕਿ ਕਿ ਜਿਹੜਾ ਵੀ ਅੰਸਰ ਜਿਹੜਾ ਇੰਡੀਆ ਦਾ ਦੋਸਤਾਨਾ ਦੂਜੇ ਮੁਲਕ ਤੇ ਨਾਲ ਹੋਵੇ ਉਸ ਦੇ ਵਿੱਚ ਖਰਾਬੀ ਪਾਵੇ ਉਹਦੇ ਖਿਲਾਫ ਫੋਰਡ阿里 ਕੇਸ ਦਰਜ ਹੁੰਦੇ ਹੈਗੇ ਆ ਤੇ ਸਾਰੀ ਚੀਜ਼ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਖਿਓ ਇਹਨਾਂ ਸਾਰਿਆਂ ਨੇ ਕਾਨੂੰਨ ਦੇ ਗੇਟ ਦੇ ਵਿੱਚ ਆ ਜਾਣਾ ਇੱਕ ਆਖਰੀ ਸਵਾਲ ਮਾਨ ਸਾਹਿਬ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਜਿਹੜੀ ਆ ਚੋਣਾ ਲੜ ਰਹੇ ਹੋ ਤਾਂ ਦੂਜੇ ਪਾਸੇ ਜਿਹੜੇ ਪ੍ਰਦਰਸ਼ਨਕਾਰੀ ਨੇ ਚਾਹੇ ਟੀਚਰ ਹੋਣ ਚਾਹੇ ਹੋਰ ਹੋਣ ਜਿਹੜੇ ਆਪਣੇ ਮੰਗਾਂ ਨੂੰ ਲੈ ਕੇ ਲਗਾਤਾਰ ਸਰਕਾਰ ਦੇ ਖਿਲਾਫ ਲੱਗੇ ਹੋਏ ਸੀ ਉਹ ਵੀ ਹੁਣ ਚੋਣ ਮੈਦਾਨ ਦੇ ਵਿੱਚ ਆਏ ਨੇ ਸਿੱਪੀ ਸ਼ਰਮਾ ਹੈਗੀ ਆ ਜਾਂ ਸਾਬਕਾ ਸੈਨਿਕ ਹੈਗੇ ਨੇ ਲੱਗਦਾ ਕਿ ਅਗਰ ਆਪਾਂ ਸਰਕਾਰ ਦੇ ਖਿਲਾਫ ਲੜਾਈ ਲੜਨੀ ਤਾਂ ਇੱਕ ਮੰਚ ਦੇ ਉੱਪਰ ਇਕੱਠੇ ਹੋ ਕੇ ਲੜਨੀ ਚਾਹੀਦੀ ਤੁਸੀਂ ਗੱਲਬਾਤ ਦਾ ਜ਼ਰੀਆ ਉਹਨਾਂ ਦੇ ਤੱਕ ਪਹੁੰਚਾਇਆ ਕਿ ਹਾਂ ਅਗਰ ਆਪਾਂ ਇਕੱਠੇ ਹੋਈ ਤਾਂ ਜ਼ਿਆਦਾ ਤੁਸੀਂ ਬਹੁਤ ਸਿਆਣੀ ਹੈ ਕਿ ਤੁਹਾਨੂੰ ਅਜੇ ਤੱਕ ਪਤਾ ਹੀ ਨਹੀਂ ਹੈ ਕਿ ਮੈਂ ਸਰਕਾਰ ਦੇ ਖਿਲਾਫ ਨਹੀਂ ਲੜਦਾ ਮੈਂ ਹਿੰਦੂਤਵਾ ਤੇ ਇੰਡੀਆ ਦੇ ਖਿਲਾਫ ਲੜ ਰਿਹਾ ਹਾਂ ਕਿ ਸਿੱਖਾਂ ਨੂੰ ਆਪਣਾ ਅਲੈਦਾ ਇਲਾਕਾ ਚਾਹੀਦਾ ਹੈ ਜਿੱਥੇ ਉਹ ਆਜ਼ਾਦੀ ਦਾ ਨਿਕਮਾਨ ਸਕਣ ਜੋ ਗਾਂਧੀ ਤੇ ਨਹਿਰੂ ਨੇ 1947 ਤੋਂ ਪਹਿਲਾਂ ਸਿੱਖਾਂ ਨੂੰ ਪ੍ਰੋਮਿਸ ਕੀਤਾ ਸੀ ਸਾਡੇ ਮਾਸਟਰ ਤਾਰਾ ਸਿੰਘ ਨੂੰ ਸੋ ਮੈਂ ਕਿਸੇ ਇੱਕ ਸਰਕਾਰ ਦੇ ਖਿਲਾਫ ਨਹੀਂ ਹੈ ਮੇਰੀ ਪਰਸਨੈਲਿਟੀ ਉੱਚੀ ਹੈ ਇਹਦੇ ਤੋਂ ਮੈਂ ਇੰਡੀਆ ਦੀ مخਾਲਫਤ ਕਰਦਾ ਜਿਹੜਾ ਸਾਡੇ ਉੱਤੇ 1984 ਦੇ ਵਿੱਚ ਨਸਲਕੁਸ਼ੀ ਕੀਤੀ ਹੈ ਸਾਡੇ ਦਰਬਾਰ ਸਾਹਿਬ ਨੂੰ ਵੈਂਡਰਲਾਈਜ਼ ਕੀਤਾ ਹੈਗਾ ਫਿਰ 36 ਹੋਰ ਗੁਰਦੁਆਰਿਆਂ ਦੇ ਉੱਤੇ ਉਹਨਾਂ ਨੇ ਛਾਪੇ ਮਾਰੇ ਐ ਤੇ ਸਾਡੀ ਸਿੱਖ ਰੈਫਰੈਂਸ ਵਾਲ ਲਾਇਬ੍ਰੇਰੀ ਲੁੱਟ ਕੇ ਲੈ ਗਏ ਐ ਸਾਡਾ ਤੋਸਖਾਣਾ ਲੁੱਟ ਕੇ ਲੈ ਗਏ ਐ ਸੋ ਮੇਰਾ ਮਤਲਬ ਹੈ ਸਾਡੀ ਲੜਾਈ ਇੰਡੀਆ ਦੇ ਖਿਲਾਫ ਹੈ ਕਿਸੇ ਸਰਕਾਰ ਦੇ ਖਿਲਾਫ ਨਹੀਂ ਹੈ ਜੀ ਬਾਬੂ ਜੀ ਇਸ ਸਾਨੂੰ ਸੇਮਰਿੰਦੀ ਸਿੰਘ ਮਾਨ ਜਿਨ੍ਹਾਂ ਦਾ ਕਹਿਣਾ ਕਿ ਲਗਾਤਾਰ ਅਸੀਂ ਪੂਰੇ ਸੰਗਰੂਰ ਦੇ ਵਿੱਚ ਜਾ ਰਹੇ ਹਾਂ ਤੇ ਨੌਜਵਾਨ ਤੇ ਸਿੱਖ ਨੌਜਵਾਨਾਂ ਦਾ ਸਾਨੂੰ ਵਧੀਆ ਰਿਸਪਾਂਸ ਮਿਲਦਾ ਬਾਕੀ ਦੇਖਣਾ ਹੋਊਗਾ ਕਿ 4 ਜੂਨ ਨੂੰ ਸੰਗਰੂਰ ਦੇ ਲੋਕ ਕਿਸ ਉਮੀਦਵਾਰ ਨੂੰ ਜਿੱਤ ਦਾ ਫਤਵਾ ਸੁਣਾਉਂਦੇ ਨੇ ਚਰਨਜੀਤ ਕੌਸ਼ਲ ਸੰਗਰੂਰ ਤੋਂ న్యూਸ ਦੇਟਨ ਪੰਜਾਬ